मुख चरै शास्त्र खट पिंग गिरन चढ़ जाए अंध लख बदरो सुनै जौ काल कृपा कराए तहां बुद्ध प्रभ तुच्छ हमारी वर्ण सक महिमा जो तिहारी हम न सकत कर शुद्ध तुम्हारी अगले हो तुम कथा सुधारी ज्यों बुलाव है त्यों बोल है स्वामी कुदरत कौन हमारी साध संग नानक जस गायो जो प्रभु की अत प्यारी माह दिवस मूरत पले जिसको नदर करे नानक मंगा दर्श दान कृपा करो हरे माह दिवस मूरत पले जिसको नदर करे नानक मंगा दर्श दान कृपा करो हरे सतनाम श्री वाहे गुरु साहिब जी सावण सरसी कामणि चरण कमल सिंह प्यार मन तन रता सच रंग इको नाम आधार सावण सरसी कामणी चरण कमल सिंह प्यार वाहे गुरु जी का खालसा वाहे गुरु जी की फतेह। परम सम्मान जो चमर छत्र तख्त दे मालक पतत पावन भगत वशिष्ट अनाथ नाथ कृपा निधान प्रगट गुरां की देह प्रतख हर वाह वाह बाणी निरंकार है तिस देवड़ अवर न कोई। तन तन सतगुरु श्री गुरु ग्रंथ साहिब महाराज जी दी परम पवित्र सतसंगत हजूरी दे अंदर धन धन साहिब सतगुरु श्री गुरु तेग बहादुर साहिब जी महाराज पारोपकारी शहीद सतगुरु धर्म रखियक तिना साहिबां दे महान पावन पवित्र तप स्थान गुरुद्वारा श्री भोरा साहिब जी पातशाही नौवीं विखे सावण महीने दी संग्रांद मुख रखदे आं अमृत वेले दे समय तों सजे हुए दीवाना दे अंदर हाजरियां पा रहे दर्शन दिदारे सवावां करके लाह प्राप्त कर रहे गुरु प्यारी खालसा साध संगत जी वड्डे भाग हन जो सतगुरु महाराज दे पावन स्थानां नूं परस के महाराज दे स्थानां दी शोभ प्राप्त कर बाणी सेवा सिमरन दे विच जुड़े हुए हो जिथे सावण महीने की संगरांद विचार आपां करांगे जो महीना वारी उपदेश महाराज ने बख्शिया उथे अज का जो पावन पवित्र दिहाड़ा है साहब भाई तारू सिंह जी शहीद जिन्हां ने सिखी नूं केसां सवासां दे नाल नभाया जिन्हां दा नाम लै के अरदास विच कहने आ वी बोलो वाहिगुरु वो महान गुरसिख भाई तारू सिंह जिन्हां दी 25 साल की उम्र सी जिस समय उन्होंने
ਸ਼ਹਾਦਤ ਦਿੱਤੀ ਹੈ। 1720 ਦੇ ਵਿੱਚ ਪੂਲਾ ਨਗਰ ਹੁਣ ਅੰਮ੍ਰਿਤਸਰ ਸਾਹਿਬ ਵਿੱਚ ਹੈ, ਪਹਿਲਾਂ ਲਾਹੌਰ ਦੇ ਵਿੱਚ ਪੈਂਦਾ ਸੀ। ਪੂਲਾ ਪਿੰਡ ਉੱਥੋਂ ਦੇ ਰਹਿਣ ਵਾਲੇ ਭਾਈ ਜੋਧ ਸਿੰਘ ਜੀ ਸ਼ਹੀਦ, ਮਾਤਾ ਧਰਮ ਕੌਰ ਉਹਨਾਂ ਦੀ ਕੁੱਖੋਂ ਜੋਧ ਸਿੰਘ ਜੀ ਦੇ ਗ੍ਰਹਿ ਵਿਖੇ ਭਾਈ ਤਾਰੂ ਸਿੰਘ ਜੀ ਦਾ ਜਨਮ ਹੋਇਆ। ਇੱਕ ਭੈਣ ਵੀ ਸੀ ਜਿਸ ਦਾ ਨਾਮ ਤਾਰ ਕੌਰ ਸੀ। ਸੇਵਾ ਕਰਦੇ ਨੇ, ਜ਼ਮੀਨ ਹੈ, ਵਾਹੀ ਖੇਤੀ ਕਰਦੇ ਹਨ। ਵਾਹੀ ਖੇਤੀ ਕਰਦਿਆਂ ਉਹਦੇ ਵਿੱਚੋਂ ਵੱਧ ਤੋਂ ਵੱਧ ਸਿੱਖ ਸੰਗਤ ਦੇ ਲਈ ਹਿੱਸਾ ਕੱਢਦੇ ਹਨ, ਕਿਉਂਕਿ ਜਿਹੜਾ 1745 ਈਸਵੀ ਦਾ ਨੇੜਾ ਤੇੜਾ ਹੈ, ਲਾਹੌਰ ਦਾ ਸੂਬੇਦਾਰ ਖਾਨ ਬਹਾਦਰ ਜ਼ਕਰੀਆ ਖਾਨ ਜੀ ਦਾ ਨਾਮ ਸੀ, ਇਹਨੇ ਸਿੰਘਾਂ ਦੇ ਮੁੱਲ ਤਿੱਕਰ ਪਾ ਦਿੱਤੇ। ਜਦੋਂ ਸ਼ਸਤਰਧਾਰੀ ਸਿੰਘ ਜੁਝਾਰੂ ਸਿੰਘ ਇਹਨੂੰ ਜੰਗਲਾਂ ਵਿੱਚ ਲੁਕੇ ਬੈਠੇ ਲੱਭਣੇ ਬੰਦ ਹੋ ਗਏ, ਜਿਨ੍ਹਾਂ ਨੂੰ ਮਿਲ ਵਰਤਣੀਏ ਸਿੱਖ ਕਹਿੰਦੇ ਸਨ ਪਹਿਲਾਂ ਮੁਸਲਮਾਨ, ਭਾਵ ਵੀ ਜਿਹੜੇ ਘਰਾਂ ਦੇ ਵਿੱਚ ਸ਼ਾਂਤਮਈ ਢੰਗ ਨਾਲ ਗੁਰੂ ਕੇ ਸਿੱਖ ਰਹਿੰਦੇ ਸਨ, ਉਹਨਾਂ ਨੂੰ ਫੜ ਫੜ ਕੇ ਵੀ ਮਾਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਜ਼ਕਰੀਆ ਖਾਨ ਨੇ ਆਪਣੀ ਕਚਹਿਰੀ ਵਿੱਚ ਪੁੱਛਿਆ, ਆਪਾਂ ਇਹਨਾਂ ਸਿੰਘਾਂ ਨੂੰ ਮਾਰਦੇ ਹਾਂ ਪਰ ਫਿਰ ਵੀ ਇਹ ਖਤਮ ਕਿਉਂ ਨਹੀਂ ਹੁੰਦੇ? ਉਸ ਵੇਲੇ ਅਕਲਦਾਸ ਮਹੰਤ ਹਰਭਗਤ ਨਿਰੰਜਣੀਆਂ ਆਪਣੇ ਆਪ ਨੂੰ ਖਵਾਉਂਦਾ ਸੀ ਜੰਡਿਆਲੇ ਦੇ ਰਹਿਣ ਵਾਲਾ, ਬਾਬੇ ਹੰਡਾਲ ਦੀ ਬੰਸ਼ ਦੇ ਵਿੱਚੋਂ ਸੀ, ਕਲੰਕ ਲਾ ਦਿੱਤਾ ਉਸ ਬੰਸ਼ ਨੂੰ। ਇਹ ਸਰਕਾਰ ਦਾ ਟੌਟ ਸੀ, ਕਹਿਣ ਲੱਗਾ ਨਵਾਬ ਜੀ, ਸੂਬੇਦਾਰ ਜੀ, ਸਿੰਘ ਖਤਮ ਕਿਵੇਂ ਹੋਣ? ਕਹਿੰਦੇ ਵੀ ਜਿਹੜੇ ਘਰਾਂ ਦੇ ਵਿੱਚ ਸਿੱਖ ਰਹਿੰਦੇ ਨੇ, ਕਹਿੰਦੇ ਇਹ ਕੀ ਕਰਦੇ ਹਨ? ਵਾਹੀ ਖੇਤੀ ਕਰਦੇ ਨੇ, ਕਮਾਈ ਕਰਦੇ ਨੇ, ਕੋਈ ਹੋਰ ਕੰਮ ਕਰਦੇ, ਉਹਦੇ ਵਿੱਚੋਂ ਹਿੱਸਾ ਕੱਢ ਕੇ ਅਤੇ ਜੰਗਲਾਂ ਦੇ ਵਿੱਚ ਰਹਿੰਦੇ ਸਿੰਘਾਂ ਨੂੰ ਪਹੁੰਚਾਉਂਦੇ ਨੇ, ਰਸਦਾਂ ਦਿੰਦੇ ਨੇ, ਭੁੱਖਿਆਂ ਨੂੰ ਰੋਟੀਆਂ ਖਵਾਉਂਦੇ ਹਨ। ਜਦੋਂ ਕਿ ਭਾਈ ਤਾਰੂ ਸਿੰਘ ਦਾ ਸੁਭਾਅ ਇਹ ਸੀ, ਭਾਵੇਂ ਹਿੰਦੂ ਆਵੇ ਮੁਸਲਮਾਨ ਆਵੇ, ਉਸ ਇਲਾਕੇ ਥਾਣੀ ਕੋਈ ਵੀ ਜਦੋਂ ਲੰਘਦਾ ਜੇ ਕਿਸੇ ਨੂੰ ਲੋੜ ਮਹਿਸੂਸ ਹੁੰਦੀ, ਪੁੱਛਦੇ ਵੀ ਇੱਧਰ ਕੋਈ ਮਦਦਗਾਰ ਹੈ, ਤਾਂ ਭਾਈ ਤਾਰੂ ਸਿੰਘ ਦੇ ਘਰ ਦਾ ਪਤਾ ਦਿੱਤਾ ਜਾਂਦਾ ਵੀ ਤਾਰੂ ਸਿੰਘ ਦੇ ਘਰ ਚਲੇ ਜਾਓ। ਉਹ ਹਰ ਇੱਕ ਦੀ ਬਾਂਹ ਫੜਦੇ ਨੇ, ਭਾਵੇਂ ਹਿੰਦੂ ਹੋਵੇ ਭਾਵੇਂ ਮੁਸਲਮਾਨ। ਅਤੇ ਸਿੱਖ ਤਾਂ ਹੈਗੇ ਸੀ, ਸਿੱਖਾਂ ਦੀ ਤਾਂ ਸੇਵਾ ਕਰਨੀ ਸੀ ਉਹਨਾਂ ਨੇ, ਪਰ ਹਰ ਭਗਤ ਨਿਰੰਜਣੀਏ ਨੇ ਵਧਾ ਚੜ੍ਹਾ ਕੇ ਗੱਲਾਂ ਕੀਤੀਆਂ। ਕਹਿੰਦੇ ਸਰਕਾਰ ਦੇ ਬਾਗੀਆਂ ਨੂੰ ਆਪਣੇ ਘਰ ਰੱਖਦਾ ਹੈ, ਤਾਰੂ ਸਿੰਘ ਵੀ ਬਾਗੀ ਹੈ, ਇਹਦੇ ਕੋਲ ਡਾਕੂ ਰਹਿੰਦੇ ਹਨ, ਰਾਤ ਬਰਾਤੇ ਡਾਕੇ ਮਾਰਦੇ ਨੇ, ਸਰਕਾਰ ਦੇ ਖਿਲਾਫ਼ ਕੰਮ ਕਰਦੇ ਨੇ। ਬੜਾ ਵਧਾ ਚੜ੍ਹਾ ਕੇ ਕਿਹਾ ਵੀ ਇਹ ਆਪਣੀਆਂ ਕਮਾਈਆਂ ਦੇ ਵਿੱਚੋਂ ਸਿੰਘਾਂ ਨੂੰ ਜਾ ਕੇ ਰੋਟੀਆਂ ਖਵਾਉਂਦੇ ਹਨ, ਜਿਸ ਕਰਕੇ ਸਿੰਘ ਖਤਮ ਨਹੀਂ ਹੁੰਦੇ। ਅਤੇ ਉਹ ਕਹਿਣ ਲੱਗਾ ਵੀ ਇਹੋ ਜਿਹਾ ਕੋਈ ਹੈ, ਮੈਨੂੰ ਵੀ ਵਿਖਾ, ਉਹਨਾਂ 'ਚੋਂ ਇੱਕ ਵਿਖਾ ਦੇ ਕੋਈ। ਤਾਂ ਉਹ ਕਹਿਣ ਲੱਗਾ, ਹੈਗਾ ਇਹ ਤੁਹਾਡੇ ਲਾਗੇ ਹੀ ਪੂਲਾ ਪਿੰਡ ਹੈ, ਉੱਥੋਂ ਦਾ ਰਹਿਣ ਵਾਲਾ ਇੱਕ ਤਾਰੂ ਸਿੰਘ ਹੈ, ਨੌਜਵਾਨ ਹੈ, ਆਪ ਵੀ ਸਿੰਘਾਂ ਦੀ ਸੇਵਾ ਕਰਦਾ, ਅਤੇ ਦੂਸਰਾ ਉਹਦੀ ਮਾਈ ਅਤੇ ਇੱਕ ਉਹਦੀ ਭੈਣ ਹੈ, ਇਹ ਸਾਰਾ ਟੱਬਰ ਲੱਗੇ ਰਹਿੰਦੇ ਨੇ, ਆਪ ਸਹਿ ਵਹਿ ਨੰਗਿਆਰ ਭੁੱਖ ਦੇਖ ਸਕੇ ਨਾ ਸਿੰਘਰ ਦੁੱਖ। ਕਹਿੰਦੇ ਆਪ ਨੰਗ ਭੁੱਖ ਵੀ ਸਹਾਰ ਲੈਂਦੇ ਨੇ, ਕੱਪੜੇ ਪਾਟੇ ਵੀ ਪਾ ਲੈਂਦੇ ਨੇ, ਕਈ ਨਾ ਭੁੱਖੇ ਵੀ ਸੌਂ ਜਾਂਦੇ ਨੇ, ਪਰ ਸਿੰਘਾਂ ਦਾ ਦੁੱਖ ਨਹੀਂ ਸਹਾਰਦੇ, ਮਾਂ ਵੀ ਭੈਣ ਵੀ ਅਤੇ ਆਪ ਵੀ ਸੇਵਾ ਕਰਨੋਂ ਹਟਦੇ ਨਹੀਂ, ਇਹ ਬਾਗੀਆਂ ਨੂੰ ਪਨਾਹ ਦਿੰਦੇ ਨੇ, ਸਰਕਾਰ ਕਿਵੇਂ ਸਿੱਖਾਂ ਨੂੰ ਖਤਮ ਕਰੇਗੀ? ਇਹ ਸੁਣਦਿਆਂ ਸਾਰ ਪੂਣ ਛਾਣ ਨਹੀਂ ਕੋਈ ਕੀਤੀ, ਹਰਭਗਤ ਨਿਰੰਜਣੀਏ ਦੀ ਟੌਟੀ ਕੀਤੀ, ਮੋਮਨ ਖਾਨ ਨੂੰ ਹੁਕਮ ਕੀਤਾ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਜਾਵੇ। ਆ ਕੇ ਗ੍ਰਿਫਤਾਰ ਕੀਤਾ, ਬਾਹਰ ਖੇਤਾਂ ਦੇ ਵਿੱਚ ਹੱਲ ਵਾਹ ਰਹੇ ਸਨ, ਭੈਣ ਨੂੰ ਵੀ ਗ੍ਰਿਫਤਾਰ ਕੀਤਾ, ਪਰ ਉਹ ਜਿਵੇਂ ਕਿਵੇਂ ਨਗਰ ਦੀ ਪੰਚਾਇਤ ਨੇ ਕਹਿ ਕਹਾ ਕੇ ਛਡਾ ਲਿਆ, ਕੋਈ ਪੈਸੇ ਦੇ ਦਿੱਤੇ। ਭਾਈ ਤਾਰੂ ਸਿੰਘ ਨੂੰ ਲੈ ਕੇ ਆਏ, ਜਿਹੜੇ ਰਾਹ ਥਾਣੀ ਲੈ ਕੇ ਲੰਘਣਾ ਸੀ, ਉੱਥੇ ਇੱਕ ਪੜਾਣਾ ਨਗਰ ਆਉਂਦਾ ਹੈ, ਪੜਾਣੇ ਨਗਰ ਜਦੋਂ ਭਾਈ ਤਾਰੂ ਸਿੰਘ ਨੂੰ ਲੈ ਕੇ ਆਏ, ਰਾਤ ਕੱਟੀ, ਉੱਥੇ ਬਹੁਤ ਸਿੱਖ ਇਕੱਠੇ ਹੋ ਗਏ, ਸੰਗਤਾਂ ਇਕੱਠੀਆਂ ਹੋ ਗਈਆਂ ਪੜਾਣੇ ਨਗਰ ਦੇ ਵਿੱਚ ਵੀ ਭਾਈ ਤਾਰੂ ਸਿੰਘ ਜੀ ਨੂੰ ਛਡਾ ਲੈਣਾ ਹੈ। ਭਾਈ ਤਾਰੂ ਸਿੰਘ ਜੀ ਨੂੰ ਛਡਾਉਣਾ ਹੈ, ਤਾਰੂ ਸਿੰਘ ਜੀ ਦੇ ਨਾਲ ਗੱਲ ਕੀਤੀ ਤਾਂ ਭਾਈ ਤਾਰੂ ਸਿੰਘ ਕਹਿਣ ਲੱਗੇ, ਸਿੰਘ ਜੀ, ਖਾਲਸਾ ਜੀ,
हो सकता है तुसी मैनू छड़ा भी लो क्योंकि गुरु की संगतां बड़ियां बलवान ने पर इहदे नाल तुहाडे सारिआं ते भी विपत आऊगी। ये होर फौज लैके आउणगे सारा पिंड उजाड़नगे ते मैनू भी फड़ ते लैण गई ते जिस करके मैनू भी गिरफ्तार कर लेना है सारा नगर भी बाद विच उजाड़नगे। इस करके मैनू तुसी जाण दिओ नाले मैं कड़ा कोई गुनाह कीता है मैनू डरन दी की लोड़ है। संगत ने वेख्या कि भाई तारू सिंह का कैसा सदक है कि अपनी जान तो ज़्यादा संगत की जान की परवाह कर रहे हैं भी जे मैनू छड़ा के लै गए इन्होंने सारा पिंड उजाड़ देना दुष्टा ने। भाई तारू सिंह की महिमा की जय जयकार की लाहौर लैके आ गए। लाहौर लियाए तो सभा में पेश किया जो सभा दे विच पेश किया गया तां सभा दे विच कहिंदे पहुंचदे सार भाई तारू सिंह जी ने आखिया वाहेगुरू जी का खालसा वाहेगुरू जी की फतेह। फतेह बधाई है जदों भाई तारू सिंह ने उस वेले कहिंदे नवाब सड़ बल गया। इथों तीकर प्राचीन पंथ प्रकाश दे विच लिखिया भी भाई तारू सिंह सभा दे विच जांदे कह लगे सत श्री अकाल गुरमुखी अकाल जकारे ते जकारा बुलाई जा रहे ने। नवाब सड़ बल गया कहण लगा वह तारू सिंह ये यकरिया खान की कचहरी है ये तेरे गुरु का दरबार नहीं है कोई आनंदपुर साहब या अमृतसर साहब दरबार नहीं इत्थे सलाम कर झोके सलाम इत्थे फतेह नहीं चलेगी। तो भाई तारू सिंह कहण लगे असी जिथे भी जाइए साडा वाहिगुरु हाजिर नाजर है। भाई तारू सिंह जी कहिंदे असी उस गुरु दे सिख हाँ उस पातशाह दे सिख हाँ जिहड़ा अपने सिखा दे अंग संग रहिंदा है ते हाजर नाजर उहनू जाण के असी तां इदां ही फतेह बुलावांगे। ते मेरे मन दी भावना है कि साडी इह भावना सिखी केसां सवासां दे नाल निभ जावे। जो इह गल कही तां यकरिया खान कहण लगा उह जिहड़े सिख होण दे जिहड़ी सिखी दे जिहड़े केसां दे तू इन्ना मार पिया करदा है मैं अपने पैर दियां जुत्तियां मार मार के तेरे सिर दे केस झाड़ देंगा। भाई तारू सिंह साहब जी बीरदास दे विच आए कहन लगे ओ यकरिया खान जवान संभाल के गल कर इन्हां केसां बारे बाकी ये समा दसेगा भी जुत्तियां मेरे सिर विच वजदियां जे या मेरियां जुत्तियां तेरे सिर विच वजदियां हन। उस वेले यकरिया खान ने काजी नूं कहा काजी ने अगे फतवा जारी करके मुफ्ती नूं कहा ते मुफ्ती ने फतवा जारी कर दिता कि जिहड़े केसां दे उत्ते तारू सिंह इन्ना माण करदा है कहिंदे भी इहदे केस कतल कर दिओ। जदों ये फतवा मुफ्ती ने जारी किया नखास चौंक लाहौर उत्थे लै के आए जिवें मुसलमानां दे लई करबला सी ना नखास चौंक सिखा की करबला ही है इतने बहुत सिखा का खून डोलिया गया सारे लोगों कठिया करके भीड़ के बिच सिंघा बुरी तरह शहीद कर दे सिंह सज्जन का जोड़ा है सिंह बन का मुल आतारना पैंता। भाई तारू सिंह ने उस वे अरदासा बेनतियां शुरू कर दतियां महाराज मैनू अपने शरीर की परवाह नहीं पर मेरे केस मेरे जीवद्या मेरे शरीर तो महाराज कतल ना हो जे मेरे केस कटे गए तो मेरा संसार ते आए दा की फायदा है। ऐसे गुरसिख ने आ सिखी है भाई तारू सिंह बेनतियां करते ने नाई आया जदों आ के केस कटन लगा भाई तारू सिंह अरदासा विच इन्ने कलीन हो गए कि जदों वो केस कतल कर लगा तो उहदे को केस कतल ना होए नूं इउं लगा जिवें लोहे दियां तारां होण। सतगुरु ने कला ऐसी वरताई सिख की भावना सी मेरा सिखी सिदक आखिरी सवासा तिकर निभ जावे। जो केस ना कतल होए उस वेले जकरिया खान ने एक हुक्म होर जारी किया कहिंदे भी इउं करो भी इहनूं चरखड़ी ते चाढ़ो पहलां फिर पुछदे आ कुछ। चरखड़ी ते चाढ़ के हलारे दिते गए चरखड़ी तों जदों उतारिया ते भाई तारू सिंह नूं कहिंदे हाँ दा सिखा आया सवाद किहा जिहा सवाद आया ते तारू सिंह जी कहिण लगे नवाब जे सवाद पुछना ही है मैं तैनूं की दस सकदा कहिंदे चढ़ के दो झूटे तूं ही लै के वेख ला।
ਕਹਿਣ ਲੱਗਾ ਤੂੰ ਹਾਲਾਂ ਜਵਾਨ ਹੈ, 25 ਸਾਲਾਂ ਦੀ ਉਮਰ ਹੈ, ਇਸਲਾਮ ਕਬੂਲ ਕਰ ਲੈ, ਤੈਨੂੰ ਨੌਜਵਾਨ ਇਸਤਰੀ ਵੀ ਦੇਵਾਂਗੇ ਅਤੇ ਜਾਗੀਰ ਵੀ ਦੇਵਾਂਗੇ, ਜੇ ਕੋਈ ਆਖੇਗਾ ਤਾਂ ਸਰਕਾਰ ਵਿੱਚ ਵੱਡਾ ਅਹੁਦਾ ਵੀ ਦੇਵਾਂਗੇ, ਮੁਸਲਮਾਨ ਬਣ ਜਾ। ਭਾਈ ਤਾਰੂ ਸਿੰਘ ਸਾਹਿਬ ਜੀ ਕਹਿਣ ਲੱਗੇ, ਪਹਿਲੀ ਗੱਲ ਤਾਂ ਇਹ ਹੈ ਵੀ ਜੇ ਮੁਸਲਮਾਨ ਬਣਨ ਦੇ ਨਾਲ ਮੌਤ ਨਾ ਆਉਂਦੀ ਹੋਵੇ ਅਤੇ ਤਾਂ ਦੱਸ, ਆਪਣਾ ਧਰਮ ਹਾਰ ਕੇ ਮਰਨਾ ਤਾਂ ਇੱਕ ਦਿਨ ਫੇਰ ਵੀ ਹੈ, ਰੱਬ ਨੂੰ ਕਿਹੜਾ ਮਨੁੱਖ ਹੋਣਾ ਹੈ। ਅਤੇ ਦੂਸਰਾ, ਤੁਹਾਡੇ ਧਰਮ ਦੇ ਵਿੱਚ ਤਾਂ ਆਉਂਦੇ ਹੀ ਬੰਦਾ ਪਾਪੀ ਬਣ ਜਾਂਦਾ। ਨਵਾਬ ਕਹਿੰਦਾ ਉਹ ਕਿਵੇਂ? ਕਹਿੰਦਾ ਬੰਦਾ ਪਾਪੀ ਐਵੇਂ ਬਣ ਜਾਂਦਾ ਹੈ ਜਿਹੜੀ ਪਰਮੇਸ਼ਰ ਨੇ ਸਾਬਤ ਸੂਰਤ ਬਣਾਈ ਹੈ। ਮੁਸਲਮਾਨ ਬਣਨ ਦੇ ਲਈ ਪਹਿਲਾਂ ਉਹ ਸਾਬਤ ਸੂਰਤ ਭੰਨਣੀ ਪੈਂਦੀ ਹੈ। ਤੁਸੀਂ ਸੁੰਨਤ ਵੀ ਕਰਦੇ ਹੋ, ਪਰਮੇਸ਼ਰ ਦੀ ਬਣਾਈ ਹੋਈ ਜੋ ਸਰੀਰ ਦੀ ਬਣਾਵਟ ਵਿੱਚ ਫਰਕ ਪਾਉਂਦੇ ਹੋ, ਇੱਕ ਤਾਂ ਪਾਪ ਉਦੋਂ ਕਰਦੇ ਹੋ, ਦੂਸਰਾ ਜਿਹੜਾ ਹੈ ਤੁਸੀਂ ਕੇਸਾਂ ਦੀ ਬੇਅਦਬੀ ਕਰਦੇ ਹੋ। ਤੁਹਾਡੇ ਤਾਂ ਧਰਮ ਵਿੱਚ ਆਉਣ ਵਾਲਾ ਬੰਦਾ ਮੁਸਲਮਾਨ ਬਾਅਦ ਵਿੱਚ ਬਣਦਾ ਹੈ, ਪਹਿਲਾਂ ਪਾਪੀ ਬਣਦਾ ਹੈ। ਅਤੇ ਕੇਸ ਕਤਲ ਕਰਨੇ ਤੋਂ ਵੱਡਾ ਪਾਪ ਕੋਈ ਨਹੀਂ ਹੈ। ਸਾਬਤ ਸੂਰਤ ਰੱਬ ਬਣਾਈ, ਬੇਈਮਾਨ ਨੇ ਭੰਨ ਗਵਾਈ। ਸਾਬਤ ਸੂਰਤ ਰੱਬ ਦੀ ਭੰਨੇ, ਬੇਈਮਾਨ ਦਰਗਾਹ ਢੋਈ, ਨਾਲ ਹੈ ਕਾਫਰ ਕੁੱਤਾ ਸ਼ੈਤਾਨ। ਰਹਿਤਨਾਮਿਆਂ ਦੇ ਬਚਨ ਨੇ, ਜਿਹੜਾ ਸਾਬਤ ਸੂਰਤ ਭੰਨਦਾ ਹੈ ਉਹ ਕਾਫਰ ਹੈ, ਉਹ ਕੁੱਤਾ ਹੈ, ਉਹ ਸ਼ੈਤਾਨ ਹੈ। ਸ਼ੈਤਾਨ ਜਿਹੜਾ ਰੱਬ ਦੇ ਨਾਲ ਮਿਲ ਨਹੀਂ ਦਿੰਦਾ, ਕੁੱਤਾ ਜਿਹੜਾ ਹਰ ਸਮੇਂ ਭੌਂਕਦਾ ਹੈ, ਕਾਫਰ ਜਿਹੜਾ ਰੱਬ ਦੀ ਹੋਂਦ ਤੋਂ ਮੁਨਕਰ ਹੈ। ਉਹ ਕਹਿੰਦੇ ਜਿਹੜਾ ਕੇਸਾਂ ਦੀ ਬੇਅਦਬੀ ਕਰਦਾ ਹੈ ਉਹ ਤਾਂ ਉਹ ਪੁਰਖ ਹੈ, ਅਤੇ ਮੁਸਲਮਾਨ ਬਣਨ ਤੋਂ ਪਹਿਲਾਂ ਪਾਪੀ ਬਣਨਾ ਪੈਂਦਾ। ਉਹ ਮੈਨੂੰ ਤੇਰਾ ਧਰਮ ਕਬੂਲ ਨਹੀਂ, ਮੈਨੂੰ ਆਪਣੇ ਬਾਜਾਂ ਵਾਲੇ ਦਾ ਧਰਮ ਪ੍ਰਵਾਨ ਹੈ, ਮੈਨੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਪ੍ਰਵਾਨ ਹੈ। ਜਿਸ ਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਲਈ ਗੁਰੂ ਕਲਗੀਧਰ ਸਾਹਿਬ ਜੀ ਨੇ ਆਪਣਾ ਸਰਬੰਸ ਵਾਰ ਦਿੱਤਾ, ਮੈਂ ਉਹ ਸਿੱਖੀ ਕਿਵੇਂ ਛੱਡ ਤਿਆਗ ਸਕਦਾ ਹਾਂ। ਭਾਈ ਤਾਰੂ ਸਿੰਘ ਜੀ ਦਾ ਇਹ ਬਚਨ ਸੁਣ ਕੇ ਫਿਰ ਹੁਕਮ ਹੋਇਆ ਵੀ ਇਹਦਾ ਖੋਪਰ ਉਤਾਰ ਦਿੱਤਾ ਜਾਵੇ। ਉਹਨਾਂ ਦੇ ਮਨ ਵਿੱਚ ਇਹ ਸੀ, ਸਿੱਧਾ ਕਤਲ ਕਰਨ ਦਾ ਹੁਕਮ ਤਾਂ ਨਹੀਂ ਦਿੱਤਾ, ਵੀ ਜੇ ਖੋਪਰ ਲੱਥ ਗਿਆ ਤਾਂ ਆਪੇ ਹੀ ਤੜਫ ਤੜਫ ਕੇ ਮਾਰੀ ਜਾਣਾ ਹੈ ਨਾ। ਖੋਪਰ ਉਤਾਰਨ ਦਾ ਹੁਕਮ ਹੋਇਆ, ਮੋਚੀ ਸੱਦਿਆ, ਰੰਬਾ ਤਿੱਖਾ ਕੀਤਾ, ਨਖਾਸ ਚੌਂਕ ਦੇ ਵਿੱਚ ਬਿਠਾ ਕੇ ਭਾਈ ਤਾਰੂ ਸਿੰਘ ਦੇ ਕੰਨ ਦੇ ਲਾਗੇ ਉਹ ਮੋਚੀ ਨੇ ਮਾਸ ਨੂੰ ਚੀਰਿਆ, ਥੋੜ੍ਹਾ ਸਰੀਰ ਦੇ ਵਿੱਚ ਖਬਾਇਆ ਹੈ। ਜਦੋਂ ਸੂਈ ਵੱਜੇ ਤਾਂ ਸਾਡੇ ਮੁੱਖੋਂ ਨਿਕਲਦਾ ਹੈ ਹਾਏ। ਉੱਧਰ ਭਾਈ ਤਾਰੂ ਸਿੰਘ ਦੇ ਜਦੋਂ ਖੋਪਰ ਉਤਾਰਨ ਦੇ ਲਈ ਰੰਬੀ ਲੱਗੀ ਹੈ ਕੰਨ ਦੇ ਲਾਗੇ, ਅਤੇ ਭਾਈ ਤਾਰੂ ਸਿੰਘ ਦੇ ਮੁੱਖ ਤੋਂ ਸ਼ੁਰੂ ਹੋ ਗਿਆ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਹੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ। ਫਿਰ ਚੱਲਦਿਆਂ ਚੱਲਦਿਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਪਾਠ ਚੱਲਦਾ ਰਿਹਾ। ਅਤੇ ਉੱਧਰ ਜਿਹੜਾ ਜਲਾਦ ਸੀ, ਜਿਹੜਾ ਮੋਚੀ ਸੀ, ਉਹ ਭਾਈ ਤਾਰੂ ਸਿੰਘ ਜੀ ਦਾ ਖੋਪਰ ਉਤਾਰ ਰਿਹਾ ਹੈ। ਭਾਈ ਤਾਰੂ ਸਿੰਘ ਜੀ ਦਾ ਖੋਪਰ ਉਤਾਰਨ ਦੇ ਲਈ ਜਿਉਂ ਜਿਉਂ ਮਾਸ ਸਿਰ ਦੇ ਨਾਲੋਂ ਕੱਟਿਆ ਜਾ ਰਿਹਾ ਅਤੇ ਲਹੂ ਦੀਆਂ ਤਤੀਰੀਆਂ ਵਗ ਰਹੀਆਂ ਨੇ, ਲਹੂ ਦੀਆਂ ਤਤੀਰੀਆਂ ਦੇ ਨਾਲ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਜਿਹੜਾ ਸਰੀਰ ਹੈ ਲਹੂ ਦੇ ਨਾਲ ਗੜਗੱਚ ਹੋ ਗਿਆ, ਭਾਵ ਕਿ ਲਹੂ ਦੇ ਨਾਲ ਸਾਰਾ ਸਰੀਰ ਭਰ ਗਿਆ। ਖੋਪਰ ਉਤਾਰਿਆ ਜਾ ਰਿਹਾ ਹੈ, ਬਾਣੀ ਪੜ੍ਹੀ ਜਾ ਰਹੀ ਹੈ, ਕਸ਼ਟ ਕਿੰਨਾ ਹੋਵੇਗਾ, ਪਰ ਸਿੱਖ ਦੇ ਮਨ ਦੀ ਭਾਵਨਾ ਹੈ, ਸਿੱਖ ਦੇ ਮਨ ਦਾ ਨਿਸ਼ਚਾ ਹੈ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਰ ਕਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਰ ਕਨਾ ਜਾਵੇ, ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ,
सिर जावे ता जावे, मेरा सिखी सिदक ना जावे। ये गुरसिखा की भावना है अरदास विच ऐवें नहीं कहिंदे जिन्हां ने सिखी केसां सवासां नाल निभाई जिन्हां दी कमाई का ध्यान करके बोलो वाहिगुरू। ये जिन्हां ने सिखी नूं केसां दे सवासां नाल निभाया, सवासां नाल निभाउण तों भाव भी मरन तिकर नहीं सिखी छड्डी, इत्थे ते जिउंदे ही अपनी सिखी जिहड़ी है तलंजली दिंदे आ, कोलों पैसे दे के मूँह सिर मनाई फिरदे ने। बड़े अफसोस की गल है कि धर्म के जिन्हें भी जिम्मेवार बंदे ने उन्हां नूं देख ही नहीं रहा कि सिखां दे बच्चे बड़ी तेजी दे नाल अपना मूँह सिर मनाई जा रहे हैं। भी इन्हां दी कोई काउंसलिंग करिए, इन्हां दे नाल कोई बह के प्यार दी कोई गल करिए, साडे अपने बच्चे साडे अपने भरा साडियां अपनियां भैणां ने भी ये गुमराह हो रहे हन भैड़ा पछमी कल्चर वेख के। इन्हां नूं लग रहा है भी मूँह सिर मनाउण नाल बंदा सोहणा लगदा है, पर इन्हां नूं समझाउणा सी जिन्हां ने जिहड़े धार्मिक आगू सन उन्हां नूं ते है भी साडी चौधर कायम रहे, सानूं वोटां मिल जाण, सानूं कुर्सियां मिल जाण, ते उस कुर्सी दे लालच करके पाड़ पै गया। ते इस करके आपस विच खहबाजी है, जदों कि हर एक सिख प्रचारक दा ते खास करके फरदे सी सिखी दा प्रचार तां करन दे लई। एक धर्म के प्रचारकों कई बार बेनती भी की थी भी तुसी प्रचार करते हो समागम रखते हो, पर वेखो लीडर वाल जो वोटा लैनिया होण घर घर के विच जा के हाथ जोड़ते हैं, कि तुसी कभी घर घर के विच जा के हाथ जोड़े ने, उन्होंने दसिया भी तुसी कौन हो, किन्हां दे वारस हो, सिखी बारे दसिया, कोई प्यार नाल वचन किया, कदे बच्चों को समझाया जा के, कोई दसा वीह पिंड एक समागम रख लें उत्थे जिहड़े पहले ही सिख है उन्ने आ जाते हैं, वो सिखी का प्रचार नहीं होना। सिखी का प्रचार होगा जिन्हों कहिंदे डोर टू डोर कंपेन, घर घर जा के दर दर जा के हर एक घर दे विच जा के एक दिन उन्हां को समा लाओ खां भी अज असीं तुहाडे नाल बतीत करना है। हो सकता है भी किसी भरा नूं पता ही ना होवे सिखीए दी सिखी की अहमियत का, किसी नूं समझ ही ना होवे, ते जे जाके उन्हां नूं सिखी दी अहमियत दसीए, भाई तारू सिंह वर्गियां सिंघां दीआं साखियां सुणाईए, ते मोड़ा पै सकदा है। ते अफसोस दी गल है कि सिखां नूं सिख आगूआं नूं सिखी विच पतत हो रहे नौजवानां बच्चे बच्चियां दा बिल्कुल भोरा ख्याल नहीं है। रहो विचार, भाई तारू सिंह जी दा खोपर उतार दिता गया, शरीर लहू दे नाल भिजा, कहिंदे एक टोआ सी उस टोए दे विच नवाब ने हुक्म करके सुटा दिता कि उत्थे आपे कुत्ते बघियाड़ आ गए ते नोज नोज के भाई तारू सिंह दे मास नूं ते खा जाणगे। तीसरे एक दिन कहिंदे नवाब उत्थों लंघिया तां उत्थों जपजी साहिब की आवाज़ आ रही सी, ते वेख के कहण लगे तारू सिंघा तूं हालां मरिया नहीं। ते भाई तारू सिंह कहण लगे जकरिया खान तेनू ते तेरे एक पुत्र नू अगे ला के खड़ांगा, सिंह फेर फदे बुलाऊगा आखरी, तेनू भी ते तेरे एक पुत्र नू भी कहिंदे अगे ला के खड़ना है, तू क्या सी ना भी तेरे सिर विच जुत्तियां मार के केस उड़ा देंगा, हाँ उदों मैं वजन कीता सी भी जुत्तियां तां तेरे सिर विच वजणगियां, वो वजन पूरा होएगा। जदों इह वेखिया उस वेले जकरिया खान ने की कीता भी एक तखाणा दा घर सी लाहौर विच उत्थे भेज दिता भी यदि कोई तुसी दवा दारू करना है तो कर लो। भाई तारू सिंह दे खोपर जोड़न दे लई भी यतन किया पर उन्हें मना कर दिता। इधर कहिंदे भी कुछ क दिन बतीत होए सन, एक जकरिया खान का पुत्र शिकार खेडन गया, घोड़े तो डिगा पर पैर रकाब में चढ़ गया, घोड़ा नसदा गया तो धू धू के मर गया। अहिया खान उहदा नाम से, अहिया खान मर गया। तो एक दो दिन लंघे तो जिहड़ा जकरिया खान है इनू पेशाब दा ते लैटरीन दा बन पै गया, बड़ा औखा होया। सारे आखिया भी तू तारू सिंह दे नाल बेइंसाफी कीती है, नौजवान नूं कष्ट दिता है, उस पाप दी सज़ा मिली है। ते उस वेले सबेद सिंह जिहड़ा गुरु घर दा सेवक सी ते सरकार विच कर्मचारी सी, सिखां दी मदद करदा सी सरकार दे नाल रह के, इनू भेजिया गया सिंह जी तुसी कृपा करो पेशाब दा ते लैटरीन दा बन पिया है नवाब नूं बख्श दिओ,
ਅਤੇ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਉਹ ਆਪਣੀ ਕੀਤੀ ਦਾ ਫਲ ਹੀ ਪਾ ਰਿਹਾ ਹੈ। ਫਿਰ ਬੇਨਤੀ ਕੀਤੀ, ਕਹਿੰਦੇ ਫਿਰ ਇਉਂ ਕਰੋ ਵੀ ਖਾਲਸੇ ਅੱਗੇ ਬੇਨਤੀ ਕਰੋ, ਇਹਦਾ ਹੱਲ ਤਾਂ ਖਾਲਸਾ ਦੱਸ ਸਕਦਾ ਹੈ। ਜਿੱਥੇ ਗੁਰੂ ਦਾ ਖਾਲਸਾ ਸੀ ਪਹੁੰਚ ਕੀਤੀ ਗਈ, ਜਦੋਂ ਪਹੁੰਚ ਕੀਤੀ ਗਈ ਤਾਂ ਪਹਿਲਾਂ ਦੇ ਸਿੰਘਾਂ ਨੇ ਬੜੀ ਗਰਮੀ ਵਿਖਾਈ, ਪਰ ਫਿਰ ਉਹਨਾਂ ਨੇ ਸੋਚਿਆ ਜੇ ਤਾਰੂ ਸਿੰਘ ਨੇ ਭੇਜਿਆ ਏ, ਕਹਿਣ ਲੱਗੇ ਭਾਈ ਤਾਰੂ ਸਿੰਘ ਦੇ ਚਰਨਾਂ ਦਾ ਜੋੜਾ ਲੈ ਕੇ ਅਤੇ ਜਦੋਂ ਨਵਾਬ ਜ਼ਕਰੀਆ ਖਾਨ ਦੇ ਸਿਰ ਵਿੱਚ ਮਾਰੋਗੇ ਉਹਨੂੰ ਬੰਨ ਤੋਂ ਆਰਾਮ ਮਿਲੇਗਾ, ਇਹ ਅਸੀਂ ਗੁਰੂ ਨਾਨਕ ਸਾਹਿਬ ਅੱਗੇ ਅਰਦਾਸ ਕਰ ਦਿੰਦੇ ਹਾਂ। ਸਾਰੇ ਪੰਥ ਨੇ ਅਰਦਾਸ ਕਰ ਦਿੱਤੀ, ਮਹਾਰਾਜ ਜਦੋਂ ਜਦੋਂ ਭਾਈ ਤਾਰੂ ਸਿੰਘ ਦਾ ਜੋੜਾ ਨਵਾਬ ਦੇ ਸਿਰ ਵਿੱਚ ਵੱਜੇ ਉਹਨੂੰ ਆਰਾਮ ਮਿਲੇ। ਇੱਦਾਂ ਹੀ ਹੁੰਦਾ ਰਿਹਾ, ਭਾਈ ਤਾਰੂ ਸਿੰਘ ਜੀ ਦਾ ਜੋੜਾ ਲਿਆਂਦਾ ਅਤੇ ਕਹਿੰਦੇ ਵੀ ਨਾ ਚਾਹੁੰਦੇ ਹੋਇਆ ਵੀ ਜਿਹੜੇ ਕਰਿੰਦੇ ਡਰਦੇ ਸੀ, ਅਤੇ ਜ਼ਕਰੀਆ ਖਾਨ ਜਦੋਂ ਬੰਨ ਪਿਆ ਉਹ ਤੜਫ ਰਿਹਾ ਸੀ, ਕਹਿਣ ਲੱਗਾ ਮੇਰੇ ਸਿਰ ਵਿੱਚ ਜੁੱਤੀਆਂ ਮਾਰੋ। ਮੂੰਹੋਂ ਕਹਿੰਦਾ ਹੈ ਨੌਕਰ ਡਰਦੇ ਨੇ ਵੀ ਨਵਾਬ ਹੈ, ਕਿਤੇ ਇਹ ਨਾ ਹੋਵੇ ਵੀ ਸਾਨੂੰ ਸਜ਼ਾ ਮਿਲੇ। ਕਹਿੰਦਾ ਜਦੋਂ ਮੈਂ ਕਹਿ ਰਿਹਾ ਅਤੇ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਜੁੱਤੀ ਮਾਰੀ ਇੱਕ, ਅਤੇ ਉਹਨੂੰ ਥੋੜ੍ਹਾ ਜਿਹਾ ਪਿਸ਼ਾਬ ਦਾ ਆਰਾਮ ਆਇਆ, ਕਹਿੰਦਾ ਹੋਰ ਮਾਰੋ। ਉਹਨਾਂ ਹੋਰ ਮਾਰੀ, ਕਹਿੰਦਾ ਖਿੱਚ ਕੇ ਮਾਰੋ। ਜਿਉਂ ਜਿਉਂ ਜ਼ੋਰ ਨਾਲ ਮਾਰਦੇ ਨੇ ਤਿਵੇਂ ਤਿਵੇਂ ਆਰਾਮ ਆਉਂਦਾ ਹੈ। ਕਰਦਿਆਂ ਕਰਦਿਆਂ ਕਹਿੰਦੇ ਇਵੇਂ 22 ਦਿਨ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਬਾਬਾ ਤਾਰੂ ਸਿੰਘ ਸਾਹਿਬ ਦੇ ਛੱਤਰ ਵੱਜਦੇ ਰਹੇ, ਜੁੱਤੀਆਂ ਵੱਜਦੀਆਂ ਰਹੀਆਂ, ਪਰ ਅਖੀਰ ਸਿਰ ਦੇ ਵਿੱਚ ਜੁੱਤੀਆਂ ਵੱਜਣ ਕਰਕੇ ਬੰਨ ਦਾ ਤਾਂ ਆਰਾਮ ਆਉਂਦਾ ਰਿਹਾ, ਪਰ ਸਿਰ ਵਿੱਚ ਜੁੱਤੀਆਂ ਵੱਜਣ ਕਰਕੇ 22ਵੇਂ ਦਿਨ ਜ਼ਕਰੀਆ ਖਾਨ ਵੀ ਮਰ ਗਿਆ। ਭਾਵ ਜਿੱਦਣ ਭਾਈ ਤਾਰੂ ਸਿੰਘ ਦਾ ਖੋਪਰ ਉਤਾਰਿਆ ਉਸ ਤੋਂ 22ਵੇਂ ਦਿਨ ਜ਼ਕਰੀਆ ਖਾਨ ਦੀ ਮੌਤ ਹੋ ਗਈ। ਅਤੇ ਭਾਈ ਤਾਰੂ ਸਿੰਘ ਜੀ ਨੂੰ ਪਤਾ ਲੱਗਾ ਤਾਂ ਜ਼ਕਰੀਆ ਖਾਨ ਮਾਰਿਆ ਗਿਆ ਹੈ। ਉਸੇ ਵੇਲੇ ਸਿੰਘ ਜੀ ਨੇ ਜਪਜੀ ਸਾਹਿਬ ਦਾ ਕੀਤਾ ਪਾਠ, ਭਾਵਨਾ ਨਾਲ ਬਾਣੀ ਪੜ੍ਹਦੇ ਰਹੇ ਅਤੇ ਜਦੋਂ ਇਹ ਪੰਕਤੀਆਂ ਪੜ੍ਹੀਆਂ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਇਹ ਪੰਕਤੀਆਂ ਪੜ੍ਹਦਿਆਂ ਸਾਰ ਹੀ ਸੇਵਕ ਕੀ ਓੜਕ ਨਿਭਹੀ ਪਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਭਾਈ ਤਾਰੂ ਸਿੰਘ ਸਾਹਿਬ ਜੀ ਨੇ ਪਾਠ ਕਰਦਿਆਂ ਆਪਣਾ ਸਰੀਰ ਤਿਆਗ ਦਿੱਤਾ। ਜਿਹੜਾ ਸਿੱਖ ਨੇ ਵਜਨ ਕੀਤਾ ਸੀ ਪਿਓ ਪੁੱਤਾਂ ਨੂੰ ਜੁੱਤੀ ਦੀ ਨੋਕ ਦੇ ਅੱਗੇ ਲਾ ਕੇ ਖੜਾਂਗਾ, ਜ਼ਕਰੀਆ ਖਾਨ ਮਰਿਆ, ਭਾਈ ਤਾਰੂ ਸਿੰਘ ਸਾਹਿਬ ਜੀ ਨੇ ਆਪਣਾ ਸਰੀਰ ਛੱਡਿਆ ਪਰ ਸਿੱਖੀ ਨਹੀਂ ਛੱਡੀ। ਸਰੀਰ ਤਿਆਗ ਦਿੱਤਾ ਪਰ ਜਵਾਨੀ ਦੇ ਵਿੱਚ ਮਾਇਆ ਦਾ ਲਾਲਚ, ਅਹੁਦਿਆਂ ਦਾ ਲਾਲਚ ਤਿਆਗ ਦਿੱਤਾ, ਪਰ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨਹੀਂ ਛੱਡੀ। ਐਸੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਸਾਹਿਬ ਜੀ ਦੀ ਸ਼ਹਾਦਤ ਨੂੰ ਨਮਸਕਾਰ ਹੈ, ਕਰੋੜਾਂ ਹੀ ਵਾਰ ਝੁੱਕ ਕੇ ਪ੍ਰਣਾਮ ਹੈ। ਧੰਨ ਨੇ 25 ਸਾਲ ਦਾ ਨੌਜਵਾਨ ਉਸ ਉਮਰ ਦੇ ਵਿੱਚ ਸ਼ਹੀਦੀ ਦਿੱਤੀ ਹੈ, ਅਤੇ ਬੇਨਤੀ ਹੈ ਸੱਚੇ ਪਾਤਸ਼ਾਹ ਜਿਹੜੇ ਨੌਜਵਾਨ ਭੈਣ ਭਾਈ ਭੁੱਲ ਗਏ ਨੇ ਉਹਨਾਂ ਨੂੰ ਭਾਈ ਤਾਰੂ ਸਿੰਘ ਵਰਗਾ ਸਿਦਕ ਬਖਸ਼ੋ। ਅਤੇ ਬੇਨਤੀ ਹੈ ਸਭ ਭਰਾਵਾਂ ਅੱਗੇ, ਜੇ ਕਿਸੇ ਸ਼ਕੀਨੀ ਕਰਕੇ, ਕਿਸੇ ਭੁੱਲ ਕਰਕੇ, ਕਿਸੇ ਕਾਰਨ ਵੀ ਆਪਣੇ ਕੇਸ ਕਤਲ ਕਰਾ ਬੈਠੇ ਹੋ, ਵਾਪਸ ਆਓ ਅਨੰਦਪੁਰ ਸਾਹਿਬ ਦੇ ਵਿੱਚ, ਅਨੰਦਪੁਰ ਦੇ ਵਾਸੀ ਬਣੋ, ਕਿਉਂਕਿ ਜਿਹੜਾ ਅਨੰਦਪੁਰ ਦਾ ਵਾਸੀ ਹੈ ਉਹਨੂੰ ਸਦਾ ਆਨੰਦ ਬਣਿਆ ਰਹਿੰਦਾ ਹੈ। ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਵਾਪਸ ਆ ਜਾਓ, ਜਿਨ੍ਹਾਂ ਕਤਲ ਕਰਾਏ ਨੇ ਕੇਸ, ਭਾਈ ਤਾਰੂ ਸਿੰਘ ਦਾ ਧਿਆਨ ਧਰ ਕੇ ਚੇਤੇ ਕਰੋ ਉਸ ਸ਼ਹੀਦ ਨੂੰ ਵੀ ਅੱਜ ਤੋਂ ਬਾਅਦ ਅਸੀਂ ਕੇਸਾਂ ਨੂੰ ਕਤਲ ਨਹੀਂ ਕਰਾਂਗੇ। ਜਿਨ੍ਹਾਂ ਕੇਸ ਰੱਖੇ ਹੈ ਉਹ ਅੰਮ੍ਰਿਤ ਛਕੋ, ਜਿਨ੍ਹਾਂ ਅੰਮ੍ਰਿਤ ਛਕਿਆ ਉਹ ਰਹਿਤ ਮਰਿਆਦਾ ਦੇ ਵਿੱਚ ਪਰਪੱਕਤਾ ਲਿਆਓ, ਗੁਰੂ ਦੇ ਬਚਨਾਂ ਨੂੰ ਪੱਕੇ ਤੌਰ 'ਤੇ ਮੰਨੋ, ਨਾ ਕਿ ਕੇਵਲ ਰਸਮੀ ਤੌਰ 'ਤੇ ਸਿੱਖ ਬਣੋ। ਰਸਮੀ ਤੌਰ 'ਤੇ ਅੰਮ੍ਰਿਤ ਨਾ ਛਕੋ, ਸਿੱਖਾਂ ਦਾ ਜੀਵਨ ਹੋਵੇ, ਜਿਹੜਾ ਅਸਲੀ ਸਿੱਖ ਹੈ ਉਹ ਕੁੱਲ ਦੁਨੀਆ ਦਾ ਭਲਾ ਕਰਨ ਵਾਲਾ ਪਰਉਪਕਾਰੀ ਸਿੱਖ ਹੈ, ਅਤੇ ਸਾਰੀ ਦੁਨੀਆ ਦੇ ਭਲੇ ਕਰਨ ਵਾਲੇ ਬਣੋ, ਚੜ੍ਹਦੀ ਕਲਾ ਵਾਲੇ ਬਣੋ। ਸ਼ਹੀਦਾਂ ਸਿੰਘਾਂ ਦੇ ਚਰਨਾਂ ਦੀ ਧੂੜ ਸਾਡੇ ਮੱਥੇ 'ਤੇ ਲੱਗੇ, ਸਾਨੂੰ ਸਿੱਖੀ ਦੀ ਦਾਤ ਮਿਲੇ, ਸਾਡੀ ਸਿੱਖੀ ਕੇਸਾਂ ਅਤੇ ਸਵਾਸਾਂ ਦੇ ਨਾਲ ਨਿਭ ਜਾਵੇ, ਇਹ ਅਰਦਾਸ ਵੀ ਕਰ ਲਿਆ ਕਰੋ ਰੋਜ਼ ਹੀ। ਇੱਕ ਤਾਂ ਸੰਗਤੀ ਅਰਦਾਸ ਹੁੰਦੀ ਹੈ, ਇੱਕ ਰੋਜ਼ ਕਹਿ ਦਿਆ ਕਰੋ ਮਹਾਰਾਜ ਸਾਡੀ ਵੀ ਸਿੱਖੀ ਕੇਸਾਂ ਸਵਾਸਾਂ ਨਾਲ ਲੱਭੇ, ਨਿਭ ਜਾਵੇ, ਅਸੀਂ ਤੇਰੇ ਸਿੱਖ ਬਣ ਕੇ ਸੰਸਾਰ ਤੋਂ ਜਾਈਏ, ਪਤਕ ਹੋ ਕੇ, ਬੇਮੁੱਖ ਹੋ ਕਰਕੇ, ਮਨਮੁੱਖ ਬਣ ਕੇ ਨਾ ਜਾਈਏ। ਅਤੇ ਜਿਹੜੇ ਵੀਰ ਭਰਾ ਕੇਸ ਕਤਲ ਕਰਾਉਂਦੇ ਆ, ਫਿਰ ਬੇਨਤੀ ਹੈ ਭਾਈ ਆ ਜਾਓ ਵਾਪਸ ਆਪਣੇ ਘਰੇ ਮੁੜੇ ਆਓ।
ਭੁੱਲਾ ਹੋਇਆ ਪ੍ਰਭਾਤ ਦਾ ਘਰ ਆ ਜਾਵੇ ਤਾਂ ਰਾਤ ਨੂੰ ਤਾਂ ਭੁੱਲਾ ਹੋਇਆ ਨਹੀਂ ਜਾਪਦਾ, ਸੱਚਮੁੱਚ ਉਹ ਤੇਰੀ ਜਾਤ ਨੂੰ ਉਹ ਮਹਾਰਾਜ ਸਾਹਿਬ ਨੂੰ ਭੁੱਲਾ ਹੋਇਆ ਨਹੀਂ ਲੱਗਦਾ ਜਿਹੜਾ ਵਾਪਸ ਆ ਜਾਵੇ। ਵਾਪਸ ਆਉਣ ਦੇ ਵਿੱਚ ਬੜਾ ਆਨੰਦ ਹੈ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਆਓ ਜੋ ਸਾਉਣ ਦਾ ਮਹੀਨਾ ਅੱਜ ਚੜ੍ਹਿਆ ਏ ਅਤੇ ਮਹੀਨੇ ਦਾ ਜੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਉਪਦੇਸ਼ ਬਖਸ਼ਿਆ ਏ, ਸਾਹਿਬਾਂ ਦੀ ਪਵਿੱਤਰ ਬਾਣੀ ਦਾ ਸੰਖੇਪ ਰੂਪ ਦੇ ਵਿੱਚ ਉਪਦੇਸ਼ ਸਰਵਣ ਕਰਕੇ ਵੀ ਸਾਉਣ ਦਾ ਮਹੀਨਾ ਜਿਹੜਾ ਕਿਹਨਾਂ ਦਾ ਸੁੱਖਾਂ ਭਰਿਆ ਬਤੀਤ ਹੁੰਦਾ ਹੈ, ਜਿਵੇਂ ਗੁਰੂ ਸਾਹਿਬ ਉਪਦੇਸ਼ ਦਿੰਦੇ ਨੇ ਸਰਵਣ ਕਰੀਏ। ਸਾਰੀ ਸੰਗਤ ਦੀ ਇੱਕ ਰਾਖੋ ਸਤਨਾਮ ਸੇਵਾ ਗੁਰੂ ਸਾਹਿਬ ਜੀ, ਸਤਨਾਮ ਸੇਵਾ ਗੁਰੂ ਸਾਹਿਬ ਜੀ। ਸਾਵਣ ਸਰਸੀ ਕਾਮਣੀ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਰਮ ਪਵਿੱਤਰ ਅੰਗ ਹੈ 134। ਬਾਣੀ ਦਾ ਨਾਮ ਹੈ 12 ਮਾਹਾ ਮਾਝ, ਮੁਖੋਂ ਉਚਾਰਨ ਹੋਈ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ 'ਤੇ। 12 ਮਾਹ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਵੀ ਉਚਾਰੇ ਨੇ ਅਤੇ 2 12 ਮਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਵੀ ਉਚਾਰਨ ਕੀਤੇ ਨੇ, ਪਰ ਸਭ ਤੋਂ ਜ਼ਿਆਦਾ ਜੋ ਆਪਾਂ ਵਿਆਖਿਆ ਗੁਰੂ ਅਰਜਨ ਸਾਹਿਬ ਜੀ ਦੇ 12 ਮਾਹਾਂ ਦੀ ਸਰਵਣ ਕਰਦੇ ਹਾਂ, ਸਰਲ ਰੂਪ ਦੇ ਵਿੱਚ ਅਰਥ ਹੋਣ ਕਰਕੇ ਸੁਖੈਣ ਸਮਝ ਪੈਂਦੇ ਹਨ। ਅਸਲ ਵਿੱਚ ਗੁਰੂ ਨਾਨਕ ਦੇਵ ਸਾਹਿਬ ਦੇ 12 ਮਾਹਾਂ ਦਾ ਸਟੀਕ ਹੀ ਕੀਤਾ ਗੁਰੂ ਅਰਜਨ ਦੇਵ ਸਾਹਿਬ ਨੇ ਕਿ ਸਾਧ ਸੰਗਤ 12 ਮਹੀਨੇ ਨੇ ਸਾਲ ਦੇ, 12 ਮਹੀਨਿਆਂ ਦੀਆਂ 6 ਰੁੱਤਾਂ ਹਨ। 6 ਰੁੱਤਾਂ ਦੇ ਵਿੱਚੋਂ ਇਹ ਜਿਹੜੀ ਅੱਜ ਰੁੱਤ ਆਰੰਭ ਹੋ ਰਹੀ ਹੈ ਇਹ ਪਾਵਸ ਦੀ ਰੁੱਤ ਹੈ। ਜਿਵੇਂ ਸਾਉਣ ਚੜ੍ਹਿਆ ਅੰਮ੍ਰਿਤ ਵੇਲੇ, ਤਿਵੇਂ ਇਹਦੇ ਨਾਲ ਪਾਵਸ ਰੁੱਤ ਸ਼ੁਰੂ ਹੋ ਗਈ। ਪਾਵ ਕਿ ਜਿਹਨੂੰ ਅਸੀਂ ਵਰਖਾ ਦੀ ਮੀਂਹ ਦੀ ਰੁੱਤ ਕਹਿੰਦੇ ਹਾਂ। ਸਾਉਣ ਅਤੇ ਭਾਦੋਂ ਇਹ 2 ਮਹੀਨੇ ਜਿਹੜੇ ਹਨ ਇਹ ਵਰਖਾ ਰੁੱਤ ਦੇ ਮਹੀਨੇ ਨੇ। ਅਤੇ ਜਿਵੇਂ ਬਹੁਤੀ ਤਪਸ ਤੋਂ ਬਾਅਦ, ਜੇਠ ਹਾੜੇ ਦੀ ਤਪਸ ਤੋਂ ਬਾਅਦ ਜਦੋਂ ਸਾਉਣ ਆਉਂਦਾ ਏ, ਮੀਂਹ ਪੈਂਦਾ ਏ, ਸਰੀਰਾਂ 'ਚ ਠੰਡ ਵਰਤਦੀ ਹੈ, ਬਨਸਪਤੀ ਦੀ ਹਰਿਆਵਲਤਾ ਵੱਧਦੀ ਹੈ, ਧਰਤੀ ਦੀ ਤਪਸ਼ ਘੱਟਦੀ ਹੈ। ਜਦੋਂ ਬਾਹਰ ਮੀਂਹ ਪੈਂਦਾ ਹੈ ਉਦੋਂ ਸਰੀਰ ਤਾਂ ਠੰਡੇ ਹੋ ਜਾਂਦੇ ਨੇ, ਪਰ ਬਾਹਰ ਦੀ ਠੰਡ ਦੇ ਨਾਲ ਅੰਦਰ ਨਹੀਂ ਠੰਡਾ ਹੁੰਦਾ। ਅੰਦਰ ਕਿਵੇਂ ਠੰਡਾ ਹੁੰਦਾ ਹੈ ਉਹ ਸਤਿਗੁਰੂ ਮਹਾਰਾਜ ਸਾਹਿਬ ਜੀ ਦੱਸਦੇ ਨੇ। ਪਹਿਲਾਂ ਬਾਹਰੀ ਤੌਰ 'ਤੇ ਕਹਿੰਦੇ ਨੇ ਸਾਵਣ ਸਰਸੀ ਕਾਮਣੀ, ਸਾਉਣ ਮਹੀਨੇ ਦੁਆਰਾ ਮਹਾਰਾਜ ਕਹਿੰਦੇ ਉਹ ਕਾਮਣੀ, ਉਹ ਪਤੀ ਵਰਤਾ ਇਸਤਰੀਆਂ ਔਰਤਾਂ ਆਪਣੇ ਪਤੀ ਵਰਤਾ ਧਰਮ ਵਿੱਚ ਜਿਹੜੀਆਂ ਕਾਇਮ ਨੇ, ਪਰਪੱਕ ਨੇ, ਜਿਨ੍ਹਾਂ ਨੇ ਆਪਣਾ ਪ੍ਰਯੋਗ ਪਰਮੇਸ਼ਰ ਕਰਕੇ ਮੰਨਿਆ ਹੋਇਆ ਹੈ, ਉਹ ਜਿਹੜੀਆਂ ਇਸਤਰੀਆਂ ਹਨ ਉਹ ਸਰਸੀ ਕੀ ਹੁੰਦਾ ਵੀ ਸਹਿਤ ਰਸ ਦੇ, ਆਨੰਦ ਦੇ, ਪ੍ਰੇਮ ਦੇ ਸਹਿਤ ਹੋ ਗਈਆਂ ਹਨ। ਚਰਨ ਕਮਲ ਸਿਉਂ ਪਿਆਰ, ਜਿਨ੍ਹਾਂ ਬੀਬੀਆਂ ਦਾ ਆਪਣੇ ਪਤੀ ਦੇ ਚਰਨ ਕਮਲਾਂ ਨਾਲ ਪਿਆਰ ਹੈ, ਭਾਵ ਕਿ ਆਪਣੇ ਪਤੀ ਤੋਂ ਬਗੈਰ ਕਿਸੇ ਪਰ ਪੁਰਖ ਵੱਲ ਉਹ ਨਿਗਾਹ ਭਰ ਕੇ ਵੇਖਦੀਆਂ ਹੀ ਨਹੀਂ ਹਨ। ਆਪਣੇ ਪਤੀ ਤੋਂ ਬਗੈਰ ਕਿਸੇ ਹੋਰ ਨੂੰ ਵੇਖਣ ਦਾ ਜਿਨ੍ਹਾਂ ਦੇ ਅੰਦਰ ਸ਼ੌਂਕ ਹੀ ਨਹੀਂ ਹੈ, ਉਹ ਪਤੀ ਵਰਤਾ ਔਰਤਾਂ ਜਿਹੜੀਆਂ ਨੇ ਉਹ ਆਨੰਦ ਦੇ ਸਹਿਤ ਹੋ ਜਾਂਦੀਆਂ ਨੇ ਸਾਉਣ ਮਹੀਨੇ ਅੰਦਰ। ਮਨ ਤਨ ਇਸੇ ਪ੍ਰਕਾਰ ਸਾਵਣ ਸਰਸੀ ਕਾਮਣੀ, ਜਿਵੇਂ ਪ੍ਰਤੱਖ ਜਦੋਂ ਮੀਂਹ ਪੈਂਦਾ ਹੈ ਤਾਂ ਠੰਡ ਵਰਤਦੀ ਹੈ, ਸਾਰੀ ਬਨਸਪਤੀ ਹਰਿਆਵਲ ਹੁੰਦੀ ਹੈ, ਇਸੇ ਤਰ੍ਹਾਂ ਸਾਉਣ ਦਾ ਮਹੀਨਾ ਕੀ ਆ ਵੀ ਆ ਜੋ ਸੰਗਤ ਵਿੱਚ ਆ ਗਏ ਹੈ ਨਾ, ਇਹ ਮਾਨੋ ਵੀ ਸਾਉਣ ਦਾ ਮਹੀਨਾ ਹੀ ਚੜ੍ਹ ਗਿਆ, ਤੁਹਾਡਾ ਸਾਵਣ ਆ ਗਿਆ। ਅਤੇ ਜੋ ਮੀਂਹ ਕਿਹੜਾ ਪੈ ਰਿਹਾ, ਜਿਹੜਾ ਗੁਰੂ ਸਾਹਿਬ ਦਾ ਉਪਦੇਸ਼ ਕਥਾ ਕੀਰਤਨ ਪਾਠ ਦੇ ਰੂਪ ਵਿੱਚ ਆਪਾਂ ਸੁਣ ਰਹੇ ਹਾਂ ਵੀ ਇਹ ਮੀਂਹ ਪੈ ਰਿਹਾ ਹੈ, ਅਤੇ ਗੁਰੂ ਦਾ ਉਪਦੇਸ਼ ਰੂਪੀ ਜਦੋਂ ਮੀਂਹ ਪੈਂਦਾ ਹੈ ਉਹਦੇ ਵਿੱਚੋਂ ਮਹਾਰਾਜ ਸਾਹਿਬ ਜੀ ਦੇ ਨਾਮ ਅੰਮ੍ਰਿਤ ਦੀਆਂ ਸਵਾਂਤੀ ਬੂੰਦਾਂ ਲੈ ਕੇ ਜਿਹੜੇ ਜਗਿਆਸੂ ਰੂਪੀ ਪਪੀਹੇ ਹਨ ਉਹਨਾਂ ਦੇ ਅੰਦਰ ਠੰਡ ਵਰਤ ਜਾਂਦੀ ਹੈ, ਹਿਰਦੇ ਕਰਕੇ ਸਹਿਤ ਰਸਦੇ ਹੋ ਜਾਂਦੇ ਨੇ, ਭਗਤੀ ਰੂਪੀ ਰਸ ਉਹਨਾਂ 'ਚ ਆ ਜਾਂਦਾ ਹੈ। ਜਿਵੇਂ ਦਰਖਤਾਂ ਨੂੰ ਪਾਣੀ ਲੱਗੇ ਅਤੇ ਰਸ ਭਰਦਾ ਏ, ਇਵੇਂ ਜਦੋਂ ਗੁਰੂ ਦਾ ਉਪਦੇਸ਼ ਰੂਪੀ ਮੀਂਹ ਪਵੇ ਅਤੇ ਜਿਹੜੇ ਜਗਿਆਸੂ ਹਨ ਉਹ ਭਗਤੀ ਰੂਪੀ ਰਸ ਦੇ ਨਾਲ ਭਰ ਜਾਂਦੇ ਹਨ। ਪਰ ਭਰਦੇ ਕਿਹੜੇ ਹਨ, ਜਿਨ੍ਹਾਂ ਦਾ ਪਰਮੇਸ਼ਰ ਦੇ, ਹਾਂਜੀ ਅੱਗੇ, ਚਰਨ ਕਮਲ ਸਿਉਂ ਪਿਆਰ, ਜਿਨ੍ਹਾਂ ਦਾ ਵਾਹਿਗੁਰੂ ਦੇ ਚਰਨ ਕਮਲਾਂ ਦੇ ਨਾਲ ਪਿਆਰ ਹੈ।
चरण कमल परमेश्वर दे नाम नाल जिन्हां दा प्यार है, जिन्हां दा वाहिगुरु दे नाम नाल प्यार है, ਉਹ ਗੁਰੂ ਦਾ ਉਪਦੇਸ਼ ਸੁਣ ਕੇ ਆਨੰਦ ਦੇ ਸਹਿਤ ਹੋ ਜਾਂਦੇ ਨੇ, ਭਗਤੀ ਰੂਪੀ ਰਸ ਦੇ ਸਹਿਤ ਹੋ ਜਾਂਦੇ ਹਨ। ਜਗਿਆਸੋ ਮਨ ਤਨ ਰਤਾ ਸੱਚ ਰੰਗ, ਮਨ ਤਨ ਰਤਾ ਸੱਚ ਰੰਗ, ਉਹਨਾਂ ਦੇ ਹੋਰ ਸਾਰੇ ਜਿਹੜੇ ਰੰਗ ਰੁੰਗ ਸੀ ਨਾ ਸਾਰੇ ਲੱਥ ਕੇ ਉਹਨਾਂ ਦੇ ਮਨ ਵਿੱਚ ਵੀ ਅਤੇ ਉਹਨਾਂ ਦੇ ਤਨ ਵਿੱਚ ਵੀ। ਕਹਿੰਦੇ ਵੀ ਸੱਚੇ ਪਰਮੇਸ਼ਰ ਦਾ ਰੰਗ ਜਿਹੜਾ ਹੈ ਉਹ ਚੜ੍ਹ ਗਿਆ ਹੈ, ਮਨ ਤਨ ਕਰਕੇ ਸੱਚੇ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੱਤੇ ਗਏ ਹੈ, ਨਾਮ ਰੰਗ ਪ੍ਰੇਮ ਰੰਗ ਦੇ ਵਿੱਚ ਰੱਤੇ ਗਏ ਹਨ। ਗੁਰਸਿੱਖ ਪਿਆਰੇ ਇੱਕੋ ਨਾਮ ਆਧਾਰ, ਇੱਕ ਪਰਮੇਸ਼ਰ ਦੇ ਨਾਮ ਦਾ ਹੀ ਉਹਨਾਂ ਨੂੰ ਆਧਾਰ ਕੀ ਹੈ, ਆਸਰਾ ਹੈ। ਉਹ ਹੋਰ ਆਸਰਾ ਕੋਈ ਰੱਖਦੇ ਨੇ, ਉਹ ਨਹੀਂ ਕੋਈ ਆਸਰਾ ਰੱਖਦੇ। ਜਿਵੇਂ ਪਤੀਵਰਤਾ ਔਰਤ ਨੂੰ ਆਪਣੇ ਪਤੀ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ ਆਉਂਦਾ, ਉਹ ਹੋਰ ਬਾਹਰਲੇ ਆਸਰੇ ਨਹੀਂ ਵੇਖਦੀ। ਇਵੇਂ ਗੁਰਮੁਖ ਜਿਹੜੇ ਗੁਰੂ ਦੀ ਬਾਣੀ ਸੁਣਦੇ ਨੇ, ਪੜ੍ਹਦੇ ਨੇ, ਮੰਨਦੇ ਨੇ, ਇਹਨਾਂ ਤੋਂ ਚੌਥੀ ਅਵਸਥਾ ਕਮਾਉਂਦੇ ਨੇ। ਪਹਿਲਾਂ ਸੁਣਨਾ ਹੈ, ਫਿਰ ਮੰਨਣਾ ਹੈ, ਕਮਾਉਣਾ ਹੈ, ਜਾਂ ਪੜ੍ਹਨਾ ਹੈ, ਮੰਨਣਾ ਹੈ ਅਤੇ ਕਮਾਉਣਾ ਹੈ। ਪਰ ਪੜ੍ਹਨ ਵਾਲਾ ਵੀ ਸੁਣਦਾ ਹੈ ਆਪਣੇ ਕੰਨਾਂ ਦੇ ਨਾਲ, ਜਿਹਨੂੰ ਕਹਿੰਦੇ ਸੁਣਿਆ, ਮੰਨਿਆ, ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਦੇ ਮਨ ਅਤੇ ਤਨ ਵਿੱਚ ਸੱਚੇ ਪਰਮੇਸ਼ਰ ਦਾ ਪ੍ਰੇਮ ਦਾ ਰੰਗ ਚੜ੍ਹ ਗਿਆ ਹੈ ਨਾ, ਇਹ ਪੱਕਾ ਰੰਗ ਹੈ। ਇਹ ਰੰਗ ਭਾਈ ਤਾਰੂ ਸਿੰਘ ਨੂੰ ਵੀ ਚੜ੍ਹਿਆ ਸੀ, ਕਈ ਸ਼ਹੀਦਾਂ ਨੂੰ ਚੜ੍ਹਿਆ, ਉਹ ਰੰਗ ਲਾ ਹੀ ਨਹੀਂ ਸਕੇ, ਉਤਾਰਦੇ ਰਹੇ, ਬਥੇਰਾ ਦੁੱਖਾਂ ਰੂਪੀ ਪਾਣੀ ਪਾ ਕੇ ਰੰਗ ਲਾਉਂਦੇ ਰਹੇ। ਜਿਵੇਂ ਪਾਣੀ ਪਏ ਤੋਂ ਰੰਗ ਲੱਥਦਾ ਨਾ, ਬਥੇਰੇ ਦੁੱਖ ਦੇਵ ਰੂਪੀ ਪਾਣੀ ਪਾ ਪਾ ਰੰਗ ਪ੍ਰੇਮ ਦਾ ਲਾਉਂਦੇ ਰਹੇ, ਪਰ ਨਹੀਂ ਲੱਥਾ ਪ੍ਰੇਮ ਦਾ ਰੰਗ, ਕਿਉਂਕਿ ਇੱਕੋ ਨਾਮ ਆਧਾਰ ਉਹਨਾਂ ਗੁਰਮੁਖਾਂ ਨੂੰ ਇੱਕੋ ਪਰਮੇਸ਼ਰ ਦੇ ਨਾਮ ਦਾ ਆਧਾਰ ਆਸਰਾ ਹੈ। ਵਿਖਿਆ ਰੰਗ ਕੂੜਾਵਿਆ, ਕੂੜਾਵਿਆ ਵਿਖਿਆ ਰੰਗ ਕੂੜਾਵਿਆ, ਜਿਹੜੇ ਹੋਰ ਵਿਸ਼ੇ ਵਿਕਾਰਾਂ ਦੇ ਕਹਿੰਦੇ ਰੰਗ ਸੀ ਨਾ, ਜਦੋਂ ਨਾਮ ਦਾ ਰੰਗ ਚੜ੍ਹ ਗਿਆ ਤੇ ਉਹਨਾਂ ਨੂੰ ਕੂੜੇ, ਝੂਠੇ, ਨਾਸ਼ਵੰਤ, ਬਿਨਸੰਹਾਰੇ ਪ੍ਰਤੀਤ ਹੋਣ ਲੱਗ ਪਏ। ਫਿਰ ਕਿਸੇ ਮਾਇਆ ਦਾ ਰੰਗ ਨਹੀਂ ਚੜ੍ਹਦਾ, ਮਾਇਆ ਦੀ ਮਸਤੀ ਦੇ ਵਿੱਚ ਨਹੀਂ ਆਉਂਦੇ, ਉਹ ਵਿਸ਼ੇ ਵਿਕਾਰਾਂ ਦੀ ਮਸਤੀ 'ਚ ਨਹੀਂ ਆਉਂਦੇ, ਖਾਣ ਪੀਣ ਦੀ ਮਸਤੀ 'ਚ ਨਹੀਂ ਆਉਂਦੇ। ਉਹ ਇਹ ਸਾਰਿਆਂ ਨੂੰ ਜਿਵੇਂ ਜ਼ਹਿਰ ਸਮਝ ਕੇ ਬੰਦਾ ਜ਼ਹਿਰ ਦੇ ਲਾਗੇ ਨਹੀਂ ਨਾ ਜਾਂਦਾ, ਇਸ ਤਰ੍ਹਾਂ ਜ਼ਹਿਰ ਸਮਝ ਕੇ ਵਿਸ਼ਿਆਂ ਦੇ ਰੰਗ ਨੂੰ ਝੂਠੇ ਸਮਝ ਕੇ ਤਿਆਗ ਦਿੰਦੇ ਹਨ। ਦੇਸਨ ਸਭੇ ਸ਼ਾਰ, ਉਹਨਾਂ ਦੇ ਵਾਸਤੇ ਤਾਂ ਇਹ ਮਾਇਕੀ ਰੰਗ ਇੱਦਾਂ ਨੇ ਜਿਵੇਂ ਸਵਾਹ ਹੁੰਦੀ ਹੈ, ਚੁੱਲ੍ਹੇ ਦੇ ਵਿੱਚੋਂ ਕੱਢ ਕੇ ਸਵਾਣੀਆਂ ਬਾਹਰ ਰੂੜੀ ਦੇ ਸੁੱਟ ਦਿੰਦੀਆਂ ਨੇ, ਉਹ ਇਸ ਤਰ੍ਹਾਂ ਵਿਸ਼ੇ ਵਿਕਾਰਾਂ ਮਾਇਆ ਦੇ ਰੰਗਾਂ ਨੂੰ ਆਪਣੇ ਦਿਲ ਵਿੱਚੋਂ ਕੱਢ ਕੇ ਬਾਹਰ ਸੁੱਟ ਦਿੰਦੇ ਹਨ। ਸਵਾਹ ਤੋਂ ਵੱਧ ਕੁਝ ਨਹੀਂ ਸਮਝਦੇ। ਜੇ ਸਵਾਹ ਜਿਹੜੀ ਹੈ ਕਿੰਨੀ ਮਾੜੀ ਮੰਨੀ ਜਾਂਦੀ ਹੈ, ਜੇ ਸਿਰ ਵਿੱਚ ਪੈ ਜਾਵੇ, ਇਸੇ ਤਰ੍ਹਾਂ ਉਹ ਸਮਝਦੇ ਨੇ ਵੀ ਮਾੜੇ ਕੰਮਾਂ ਦੇ ਵਿੱਚ ਲੱਗਣਾ ਇੱਦਾਂ ਹੀ ਹੈ, ਆਪਣੇ ਸਿਰ ਦੇ ਵਿੱਚ ਸਵਾਹ ਪਾਉਣੀ ਆਪਣਾ ਜੀਵਨ ਖਰਾਬ ਕਰਨਾ। ਇਸ ਕਰਕੇ ਸਾਉਣ ਦੇ ਮਹੀਨੇ 'ਚ ਜਿਨ੍ਹਾਂ ਨੂੰ ਪਿਆਰ ਲੱਗ ਗਿਆ ਵਾਹਿਗੁਰੂ ਦੇ ਨਾਲ, ਉਹਨਾਂ ਨੂੰ ਮਾਇਆ ਦੇ ਹੋਰ ਵਿਸ਼ੇ ਵਿਕਾਰਾਂ ਦੇ ਰੰਗ ਸਵਾਹ ਰੂਪ ਦੇ ਝੂਠੇ ਪ੍ਰਤੀਤ ਹੁੰਦੇ ਹਨ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਹਰੀ ਵਾਹਿਗੁਰੂ ਦਾ ਜੋ ਨਾਮ ਅੰਮ੍ਰਿਤ ਹੈ, ਨਾਮ ਅੰਮ੍ਰਿਤ ਦੀਆਂ ਜਿਹੜੀਆਂ ਬੂੰਦਾਂ ਹਨ, ਇਹ ਬੂੰਦਾ ਹੀ ਕਹਿੰਦੇ ਵੀ ਉਹਨਾਂ ਨੂੰ ਸੁਹਾਵਣੀ ਸੋਹਣੀਆਂ ਲੱਗਦੀਆਂ ਨੇ। ਭਾਵ ਨਾਮ ਜਪਣਾ ਹੀ ਗੁਰਮੁਖਾਂ ਨੂੰ ਚੰਗਾ ਲੱਗਦਾ ਹੈ। ਜਿਵੇਂ ਮੀਂਹ ਪਵੇ ਸੌਣ ਦੇ ਵਿੱਚ ਤਾਂ ਮੀਂਹ ਪਿਆ ਬੜਾ ਚੰਗਾ ਲੱਗਦਾ ਹੈ ਨਾ, ਇੱਥੋਂ ਤੀਕਰ ਕੇ ਕਈ ਲੋਕ ਮਸਤੀ ਦੇ ਵਿੱਚ ਆਏ ਪੈਂਦੇ ਮੀਂਹ ਦੇ ਵਿੱਚ ਜਾ ਕੇ ਭੇਜਦੇ ਹਨ, ਉਹ ਕਹਿੰਦੇ ਵੀ ਸਾਨੂੰ ਇਹਦੇ ਵਿੱਚ ਖੇੜਾ ਆਉਂਦਾ ਹੈ, ਸਾਨੂੰ ਖੁਸ਼ੀ ਮਿਲਦੀ ਹੈ। ਇਹ ਤਾਂ ਸਰੀਰ ਤੀਕਰ ਸੰਬੰਧ ਹੈ ਬਾਹਰੀ ਮੀਂਹ ਦਾ, ਪਰ ਜਿਹੜਾ ਅਸਲੀ ਅੰਦਰ ਅੰਤਰ ਆਤਮੇ ਹਿਰਦੇ ਰੂਪੀ ਮਾਰੂ ਥਲ ਦੇ ਵਿੱਚ ਮੀਂਹ ਪੈ ਕੇ ਜਿੱਥੇ ਜਲ ਥਲ ਹੋਣੀ ਹੈ, ਉਹ ਹੈ ਹਰੀ ਅੰਮ੍ਰਿਤ ਨਾਮ ਦੇ ਨਾਲ। ਅਤੇ ਹਰੀ ਅੰਮ੍ਰਿਤ ਨਾਮ ਦੀਆਂ ਬੂੰਦਾਂ ਗੁਰਸਿੱਖ ਪਿਆਰਿਆਂ ਨੂੰ ਬੜੀਆਂ ਸੁਹਾਵਣੀਆਂ ਲੱਗਦੀਆਂ ਹਨ। ਮਿਲ ਸਾਧੂ ਪੀਵਣ ਹਾਰ, ਉਹ ਨਾਮ ਅੰਮ੍ਰਿਤ ਬੂੰਦਾਂ ਕਿੱਥੋਂ ਪ੍ਰਾਪਤ ਹੁੰਦੀਆਂ, ਕਿੱਥੇ ਪੀਦੀਆਂ ਨੇ? ਕਹਿੰਦੇ ਸਾਧੂਆਂ ਦੇ ਨਾਲ ਮਿਲ ਕੇ ਉਹ ਪੀਣਾ ਕਰਦੇ ਨੇ, ਪੀਣ ਵਾਲੇ ਬਣੇ ਨੇ, ਭਾਵ ਸਾਧ ਸੰਗਤ ਵਿੱਚ ਮਿਲ ਕੇ ਕਹਿੰਦੇ ਹਨ ਵਾਹਿਗੁਰੂ 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 ਵਾਹਿਗੁਰੂ
साध संगत दे नाल मिल के ओ नाम अमृत दियां बूंदा पींदे ने। हर अमृत बूंद जिहड़ी हरि परमेश्वर दे नाम रूपी अमृत बूंदा ने, यही बूंदा जिहड़ा साह अंदर जांदे आ वाह हे गुरु जां वाहे गुरु वाहे गुरु इदां अभ्यास करना, यही अमृत दियां बूंदा ने। ते जिहड़े नाम अमृत दियां बूंदा पींदे ने कहिंदे सुहावणी, वो नाम अमृत बूंद जी शोभनीक कर देंदी है। नाम जपण वाला जिहड़ा ए वो सोहणे जीवन वाला बन जाता है। मिल साधु जिहड़े वाहिगुरु दा सुहाग सुहाग नाम जपण वाले साधु ने, उन्हां साधुआं दे नाल मिल करके पीवन हार की है भी नाम दा अभ्यास करदे हन। वण तिण प्रभ संग मौलिया, ते जिहड़े नाम जपदे ने उन्हां दी ज्ञान दृष्टि खुल जाती है। वह वेखते हैं भी जिमें जो मीह पैंदा सौण महीने च, जिहड़े वण जंगल ने यह भी मीह पैण दे नाल कहिंदे भी जिथे रुख सुके सके जे होण भी हरे हो जाते हैं। तेन घा फूस जिहड़ा जेठ हाड़ दी गर्मी करके घा भी जिहड़ा वह सुक जे जांदा, अद्धा जां हरिया अद्धा जां सुका दिखदा, ते मीह पैण दे नाल घा भी हरा भरा हो जाता है। जिस तरह कहिंदे भी वण तेन गल की भी सारा कुछ ही कहिंदे पानी करके हरियावलता जा जांदा, जिन्हां दी ज्ञान दृष्टि खुल गई है ना वो की वेखते हैं भी ये जो जिस वाहेगुरु की कृपा नाल सब जंगल वेले एक कख काण घा आदिक सारी बनस्पति प्रभ संघ इन सारिया के नाल कहिंदे प्रभु है, प्रभु परमेश्वर मौलिया की है प्रफुल्लित हो रहा है। जे कोई फुल खिड़िया है तो उहदे विच वेखो भी ये वाहेगुरु ही खिड़िया है दे विच। जे कोई रुख हरा भरा शोभा पा रहे हैं वेखो भी परमेश्वर की ये शोभा है, क्योंकि वह वाहेगुरु जंगलों में बेलिया में घाहां में कखां में झलां में शंभा में सब थावां ते प्रभु परमेश्वर के संग होने करके ही ये सब वातावरण बनस्पति ठार है पार बनस्पति मौलिया की है मौल रही प्रफुल्लित हो रही है। वाहेगुरु सारिया नाल मिलिया होया है। समर्थ पुरख अपार, जिहड़ा वाहेगुरु समर्थ समर्थ है जिहदे कोल हर एक काम करन दी ताकत है, जो मर्जी कर सकता है, मतलब कोई ऐसा नहीं पाबंदी है भी आ कर सकता जां आ नहीं कर सकता। जिवें राजे होंदे अफसर होंदे कुछ गल्लां उहनां दे अधिकार खेत्र च आउंदियां ने, कुछ गल्लां उहदे अधिकार तों बाहर आउंदियां ने, कहिंदे असीं नहीं कर सकदे, पर मालिक ऐसा नहीं, उहदा समर्थ है जो मर्जी कर दे जो मर्जी ढा दे जो मर्जी बना दे वो समर्थ है। पुरख फिर सारिया विच व्यापक है, अपार की है पारावार तो रहत बेअंत स्वरूप है। हर मिलणै नो मन लोचदा, जिहड़े भावना वाले गुरसिख जग्यासु ने ऐसे हरि परमेश्वर दे नाल हर मिलणै नो मन लोचदा, उस हरि वाहिगुरु दे नाल मिलन वास्ते गुरसिखां दा जग्यासुआं दा मन बहुता ही लोचदा बहुता ही चाहुंदा है। साडा भी मन महाराज कहिंदे मन उस वाहिगुरु दे नाल मिलन लोचदा, साडी ख्वाहिश है भी उस वाहिगुरु नाल मेल हो जावे। कर्म मिलावण हार, पर कहिंदे कर्म ही मिलाउण वाले हन, पूर्वले कोई चंगे निष्काम कर्म कीते होए होण उही वाहिगुरु दे नाल मिलाउण वाले बणदे ने। कर्म ही सारा कुछ करदे, जिहदे चंगे कर्म हुंदे है वह संगत वल नूं तुरिया आ रहा हुंदा, जिहदे कर्म माड़े हुंदे है वह कहिंदे छड्ड परे उत्थे जा के की करना फलाने थां जाने हैं, वह संगत विच नहीं आउंदा, कर्म ही है। जे कर्मां दी गल ना होवे तां फिर सारे लोग ही क्यों ना गुरु घर आ जाण, कि इत्थे नुकसान तां कोई नहीं फायदा ही है। जे कर्म चंगे होण सारी दुनिया ही उठ के तड़के ही आ जाए, दूर दूर तिकर लैणा लगियां होण पांच पांच दस दस घंटे वारी ना आए मत्था टेकन की, गल तो कर्मा की है ना। जिन्या के कर्म चंगे है वह महाराज के दर पर आ जाते हैं, नहीं जे निकर्मे बाहर ही धक्के खाते ने। साहब कहते कर्म ही मिलाने वाले ने, इस तरह जिमें संगत में भी कर्म लियाने ने, तो संगत तो अगे का जोड़ा स्टैप है अभ्यास करके वाहेगुरु की प्राप्ति का वो कदम है, तो वह भी इतने आ के अभ्यास करा वचन मनोंगे फिर वाहेगुरु मिल जाता है। या कर्म नाम बख्शिश का भी है, कहिंदे गुरां दी बख्शिश वाहिगुरु की कृपा ही परमेश्वर नाल मिलाउण वाली है, मेल नूं तां बहुता मन लोचदा है साडा। जिनी सखीए प्रभ पाया, पातशाह कहिंदे जिन्हां सखियां ने भाव जिन्हां गुरसिख प्यारिया ने
जग्यासुआ ने प्रभु परमेश्वर नु पा लिया प्राप्त कर लिया है। उन्होंने सदा ही बलहार कुरबान जाने हैं क्योंकि पुग गए ने उन्होंने पुग गई है जिन्हों की पुग गई है उन्होंने सदके जाओ जेडे परपक हो गए ने जिमें कोई किसी नौकरी से लगता वधाई तो उदों भी मिलती है पर जो कहते हूँ पक्का हो गया कहते पक्का हो गया हाँ फंड च हो गया फिर वधाइया देंगे ने सारे भी ये पक्का हो गया है। इस तरह महाराज साहब कहते असी उन्होंने बलहार हाँ धन ने जोड़े वाहेगुरु के चरणों पक्के हो गए हैं जोड़े परमेश्वर के बन गए ने जोड़े वाहेगुरु वाले पासे हो गए हैं बस इको पासा कर लिया भी हम वाहेगुरु नाल ही रहेंगे हूँ कहते मरना जीवना परमेश्वर के संग ही है साडा। सतगुरु साहब कहते उन्होंने असं सदके जाने सदा बलहार जाने बल हारदे अपना बल एक शरीर का हों जिमें पहलवाना च हों कहिंदे उह वी बल हारदे भाव बल दा शरीर दे दा वी हंकार छड्डदे आ बल इक विद्या दा वी हुंदा ऐ बंदा अपनी विद्या नाल बड़ा कुछ कर लैंदा कहिंदे असीं अपनी विद्या दा वी बल हारदे आ बल अपनी सुंदरता दा वी हुंदा ऐ कई सुंदरता नाल कई कुछ करदे ने बल गुणा दा वी हुंदा है बल उहदे दा वी हुंदा ऐ। महाराज साहिब जी कहिंदे सब तरह दा जिहड़ा बल है विवेक दा बल बुद्धि दा बल गुणा दा बल विद्या दा बल शरीर दा बल सारा कुछ असी उन्हां गुरसिखां तों हार दे भाव के सदके करदे आं जिन्हां ने परमेश्वर वाहिगुरु नूं प्राप्त कीता है करोड़ां ही वार कहिंदे उन्हां नूं नमस्कार है। नानक हर जी माया कर कहिंदे बेनती करिए हे अकाल पुरख वाहिगुरु जी गुरु अर्जन देव साहिब कहिंदे साडे ते भी माया करो माया हुंदी है कृपा रहमत कर दिओ गुण तो नहीं है कोई साढ़े कोई चज नहीं सानू कोई आचार चंगा नहीं करतब साढ़े भैड़े ही ने पर मया तो करो महाराज तुम तरस कर लैन वाले हो तरस कर लो। गुरु अर्जन देव महाराज साहब को निम्रता सिखो सारी गुरबाणी उचार के भी कहिंदे तेरा कीता जातो नाही मैनो जोग की तोई मैं निर्गुण यारे को गुण नाही आपे तरस पयोई क्योंकि जो तरस पैंदा है तरस पया मेरामत होई सतगुर सज्जन मिलया नानक नाम मिले ता जीवा तन मन जीवे हरिया सारी गल तरस ते है। महाराज साहब जो तरस कर लैणगे फिर साढ़े औगण साढ़े पाप बख्शे जाणगे ते बेनती करिए नानक हर जी मया कर हे हरी पातशाह साडे उते मया करो महाराज साडे ते तरस करो शब्द सवारण हार तुसी महाराज रहमत करके अपने शब्द उपदेश द्वारा ही जीवन सवार दिंदे हो गुरु दे शब्द द्वारा अनेकां नूं सवारिया है शब्द द्वारा महाराज साडे भी सवारण हार बन जो सवारना की हुंदा एक इहदा उल्टा हुंदा है विगड़ना एक हुंदा है सवारना कोई चीज़ विगड़ जानी जिवें घर दे विच साफ सफाई करके कोई थाओं थाई चीज़ा रखिया वह कहिंदे ने सवारिया है कोई जांदा ही कहिंदे खलारा पा दे उहनूं बिगाड़िया कह दिंदे इदां साडा जीवन विगड़िया जिवें विगड़े ही घर दीआं चादरां थले पईआं होण मंजे बिस्तरे जिहड़े हन उह किते सुधे होण मंजे सिधियां दे थां ते मूधे लम्मे पाए होण भांडे जिहड़े हन उह पैरां 'च रुलदे फिरदे होण वो किड्डा सोहना घर लगेगा इदा का साडा जीवन होया है जिमें घर के सब खलारा पिया हो जीवन चौगणा का खलारा पिया है शुभ गुण धार ने जोड़े ने यही सवारना है तो सवारना गुरु के शब्द ने है आप जो बाणी पढ़ा कथा कीर्तन पाठ रूप के जो बाणी न किसी भी रूप में जुड़ जावे फिर गुरु का शब्द सवारण हार है साडा जीवन सवार लवेगा महाराज साडा जीवन कृपा करके शब्द द्वारा सवार देवो सावण तिना सुहागणी सुहागणी सुहागण हुंदी है जिन्हों सुहाग की प्राप्ति का आनंद प्राप्त होया है भाव वह महापुरख जिहड़े वाहेगुरु के मिलाप के आनंद वाले हैं कहिंदे उन्हां महापुरख सुहागणा के लिए प्रतख सौण का महीना शौक अवस्था ज मनुखा जन्म रूपी सौन का महीना सफला है शोभनीक है जिन राम नाम और हार जिन्हां ने राम परमेश्वर के नाम ही अपने गले का हार बना लिया जिमें माइया गले दे विच सोने का हार ज होर कुछ पहन दियां ने
ਕਹਿੰਦੇ ਜਿਨ੍ਹਾਂ ਨੇ ਆਪਣੇ ਅੰਤਕਰਨ ਰੂਪੀ ਗਲੇ ਵਿੱਚ ਜਾਂ ਆਪਣੇ ਹਿਰਦੇ ਰੂਪੀ ਕੰਠ ਦੇ ਵਿੱਚ ਸਵਾਸਾਂ ਰੂਪੀ ਧਾਗੇ 'ਚ ਪਰੋ ਕਰਕੇ ਰਾਮ ਪਰਮੇਸ਼ਰ ਦਾ ਨਾਮ ਧਾਰਨ ਕਰ ਲਿਆ ਹੈ ਸਦਾ ਵਾਸਤੇ, ਕਹਿੰਦੇ ਵੀ ਉਹਨਾਂ ਦੇ ਲਈ ਮਨੁੱਖਾ ਜਨਮ ਸੌਣ ਦਾ ਮਹੀਨਾ ਭਾਗਾਂ ਭਰਿਆ ਹੈ, ਜਿਨ੍ਹਾਂ ਨੇ ਆਪਣੇ ਦਿਲ ਵਿੱਚ ਵਸਾ ਲਿਆ ਵਾਹਿਗੁਰੂ 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 ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪਰਮ ਪਵਿੱਤਰ ਉਪਦੇਸ਼ ਬਖਸ਼ਿਆ ਹੈ ਵੀ ਨਾਮ ਜਪ ਕੇ ਹੀ ਆ ਸੌਣ ਦਾ ਮਹੀਨਾ ਚੜ੍ਹਿਆ ਸਫਲ ਹੋਏਗਾ ਅਤੇ ਨਾਮ ਜਪ ਕੇ ਮਨੁੱਖਾ ਜਨਮ ਵੀ ਸੌਣ ਦਾ ਮਹੀਨਾ ਹੈ ਇਹ ਤੁਹਾਡਾ ਭਾਗਾਂ ਭਰਿਆ ਹੋਵੇਗਾ। ਸਾਹਿਬ ਦੀ ਕਿਰਪਾ ਕਰਨ ਸਾਰਾ ਮਹੀਨਾ ਨਾਮ ਬਾਣੀ ਗੁਰੂ ਸਾਹਿਬ ਦੇ ਭੈ ਭਾਵਣੀ ਦੇ ਵਿੱਚ ਨੇਕ ਕਿਰਤ ਕਮਾਈ ਕਰਦੇ ਹਾਂ, ਧਰਮ ਕਮਾਉਂਦੇ ਹਾਂ, ਸਾਡਾ ਗੁਜ਼ਰੇ। ਇਹ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕਰੀਏ, ਸਤਿਗੁਰੂ ਮਹਾਰਾਜ ਸਾਹਿਬ ਜੀ ਸਭਨਾਂ ਦਾ ਹੀ ਭਲਾ ਕਰਨ। ਆਓ ਇੱਕ ਵਾਰ ਫਿਰ ਭਾਈ ਤਾਰੂ ਸਿੰਘ ਸਾਹਿਬ ਜੀ ਦੇ ਚਰਨਾਂ 'ਤੇ ਨਮਸਕਾਰ ਕਰਦਿਆਂ ਹੋਇਆਂ ਅਖੀਰਲੀਆਂ ਪੰਕਤੀਆਂ ਫੜ ਕੇ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ। ਨਾਨਕ ਹਰ ਜੀ ਮਾਇਆ ਕਰ ਸਬਦ ਸਵਾਰਣ ਹਾਰ, ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ।